सत श्री अकाल सारिआं नूं, तुसीं सारे किवें हो? अज मैं अपने ब्लॉग का मेरा दूसरा दिन है, अज मेरा दूजा ब्लॉग है ये। तो अज दिन एतवार का वा, असीं थोड़ा जिहा लेट ही उठे हाँ। तो हुण मैं चाह बनाउण लगी हाँ आपदी। मैं बहुत सिंपल जी तरीके की चाह पीनी हाँ, उहदे विच कुछ नहीं मैं पाँदी, कोई अदरक कोई सौंफ कुछ नहीं। मैनूं सिंपल जी चाह पसंद है, बस चंगी तरह रिझी होनी चाहीदी आ। तो ये टिफ ए डब्बिया चम्मच चेंज हो गए थे, वो मैं इंटरचेंज किए दोबारा। तो स्टैफी जिथे मैं चाहनी हाँ स्टैफी उत्थे ही हाजिर होंगी आ। जिथे जिहड़े रूम च जावां स्टैफी ने उत्थे आ जाना। चाह मेरी बन गई है, तो मैं हुण कप च पा के आराम नाल बैठ के चाह पीवांगी। तो तुसीं मेरे चैनल नूं लाइक जरूर कर दिओ, सबसक्राइब जरूर करिओ चैनल नूं, वीडियो नूं लाइक ते शेयर जरूर करना। ये अमन स्टैफी दे नाल पंगे लैणों कदे नहीं हटदा हैगा, बस इस तरह उहदे नाल पंगे लैंदा वा, वो कुछ नहीं कहिंदी बेचारी इहनूं। उहनूं विच विच सिखांदा भी है सिट, हैंडशेक कर रही है उहदे नाल। मैनूं लगदा इंसानां नालों जानवर ज़्यादा वधिया हुंदे ने। मैं अपने रूम की चादर ठीक करन लगी हाँ, थोड़ी जी डस्टिंग जड़ी सी वो कर रही हाँ। बैड की ढो तो काफ़ी डस्ट हो गई सी, क्योंकि दो तीन दिन हो गए हनेरी काफ़ी चल रही सी, मिट्टी काफ़ी आ जाती है वॉशिंग एरिए चो, क्योंकि वॉशिंग एरिया साडा उपरों की भी ओपन है। मैं नाल नाल ढो तो कपड़ा लगा रही हाँ। ਐਤਵਾਰ ਦਾ ਦਿਨ ਇਸੇ ਤਰ੍ਹਾਂ ਹੀ ਕੰਮ ਦੇ ਵਿੱਚ ਬਹੁਤ ਸੁਸਤੀ ਭਰਿਆ ਜਿਹਾ ਨਿਕਲਦਾ ਵਾ। ਦਿਲ ਕੀਤਾ ਉੱਠ ਕੇ ਕੰਮ ਕਰ ਲਓ, ਦਿਲ ਕੀਤਾ ਲੇਟ ਜਾਓ, ਬਸ ਇਸ ਤਰ੍ਹਾਂ ਹੋ ਜਾਂਦਾ ਵਾ। ਅਤੇ ਮੈਂ ਚੰਗੀ ਤਰ੍ਹਾਂ ਹੁਣ ਇੱਥੇ ਅੰਦਰੋਂ ਵੀ ਮਿੱਟੀ ਸਾਫ਼ ਕਰ ਰਹੀ ਹਾਂ। ਅਮਨ ਦਾ ਮੈਚ ਸੀਗਾ, ਉਹ ਮੈਚ ਖੇਡਣ ਚਲਾ ਗਿਆ। ਇਸ ਤੋਂ ਬਾਅਦ ਹੁਣ ਮੈਂ ਚਾਦਰ ਚੰਗੀ ਤਰ੍ਹਾਂ ਝਾੜ ਕੇ, ਕੱਲ੍ਹ ਹੀ ਚਾਦਰ ਵਿਛਾਈ ਹੈ ਇਹ ਹਲੇ, ਇਸ ਲਈ ਚੇਂਜ ਨਹੀਂ ਕਰਾਂਗੀ, ਇਹੀ ਚਾਦਰ ਦੁਬਾਰਾ ਵਿਛਾ ਦਾਂਗੀ ਝਾੜ ਕੇ। ਅਤੇ ਗੱਦਿਆਂ ਤੋਂ ਵੀ ਮਿੱਟੀ ਚੰਗੀ ਤਰ੍ਹਾਂ ਸਾਫ਼ ਕਰਕੇ ਝਾੜ ਕੇ, ਅਤੇ ਉਸ ਤੋਂ ਬਾਅਦ ਇਹ ਚਾਦਰ ਵੀ ਵਿਛਾ ਦਾਂਗੀ। ਮੈਂ ਸਾਈਡਾਂ 'ਤੇ ਗੱਠਾਂ ਬੰਨੀਆਂ ਹੋਈਆਂ ਨੇ ਤਾਂ ਕਿ ਉਹ ਗੱਦਿਆਂ ਦੇ ਵਿੱਚ ਮਤਲਬ ਅਟਕ ਜਾਵੇ, ਅਤੇ ਚਾਦਰ ਗੱਦਿਆਂ 'ਚੋਂ ਖਿਸਕੇ ਨਾ। ਚਾਰੇ ਸਾਈਡ 'ਤੇ ਛੋਟੀਆਂ ਛੋਟੀਆਂ ਗੱਠਾਂ ਮਾਰੀਆਂ ਹੋਈਆਂ ਨੇ। ਬਸ ਇਸ ਤਰ੍ਹਾਂ ਚਾਦਰ ਵਿਛਾ ਦਾਂਗੀ। ਹੁਣ ਮੈਂ ਕਰਾਂਗੀ ਦੂਸਰੇ ਰੂਮ ਦੇ ਵਿੱਚ, ਮਹਿਕ ਦੇ ਰੂਮ ਦੇ ਵਿੱਚ ਚਾਦਰ ਚੁਦਰ ਸਾਫ਼ ਕਰਨੀ ਆ। ਇਹ ਮਹਿਕ ਦਾ ਬੈੱਡ ਆ, ਅਤੇ ਉਹ ਸਾਹਮਣੇ ਵਾਲਾ ਅਮਨ ਦਾ ਹੈ। ਇਹ ਡਬਲ ਬੈੱਡ ਸੀਗੇ, ਦੋਨੋਂ ਜਣੇ ਆਪਸ ਦੇ ਵਿੱਚ ਬਹੁਤ ਲੜਦੇ ਨੇ, ਇਸ ਲਈ ਮੈਂ ਇਹਨਾਂ ਦੋਨਾਂ ਨੂੰ ਡਿਵਾਈਡ ਕਰ ਦਿੱਤਾ। ਬੈੱਡ ਇੱਕ ਉੱਧਰ ਲਗਾ ਤਾ ਸਾਹਮਣੇ, ਅਤੇ ਇੱਕ ਇੱਧਰਲੀ ਸਾਈਡ 'ਤੇ ਲਗਾ ਦਿੱਤਾ। ਅਤੇ ਮਹਿਕ ਦੇ ਬੈੱਡ ਦੀ ਚਾਦਰ ਹਮੇਸ਼ਾ ਸਾਫ਼ ਹੀ ਹੁੰਦੀ ਹੈ, ਮੈਨੂੰ ਲੋੜ ਨਹੀਂ ਪੈਂਦੀ ਹੈਗੀ ਇੰਨੀ ਜ਼ਿਆਦਾ ਕਰਨ ਦੀ, ਕਿਉਂਕਿ ਕੁੜੀਆਂ ਪਤਾ ਹੀ ਹੈ ਕਿ ਉਹ ਆਪਣਾ ਕੰਮ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਕਿਹੜਾ ਕੰਮ ਹੈ ਅਤੇ ਅਸੀਂ ਕੀ ਕਰਨਾ ਵਾ। ਅਮਨ ਦੇ ਕੱਪੜੇ ਸੀ, ਉਹ ਮੈਂ ਉਹਦੇ ਬੈੱਡ 'ਚ ਰੱਖ ਦਿੱਤੇ, ਅਤੇ ਉਹਦੀ ਇਸ ਤਰ੍ਹਾਂ ਦੀ ਚਾਦਰ ਸਹੀ ਕਰ ਦਾਂਗੀ, ਵਿਛਾ ਦਾਂਗੀ ਝਾੜ ਕੇ। ਅਤੇ ਹੁਣ ਇੱਥੇ ਫਿਰ ਸਟੈਫੀ ਮੇਰੇ ਪਿੱਛੇ ਪਿੱਛੇ, ਇਹਨੂੰ ਬਸ ਆਵਾਜ਼ ਸੁਣ ਜਾਂਦੀ ਹੈ ਕਿ ਮੈਂ ਕਿਹੜੇ ਰੂਮ ਦੇ ਵਿੱਚ ਹੈਗੀ ਹਾਂ, ਅਤੇ ਬਸ ਉੱਥੇ ਹੀ ਇਹਨੇ ਜਾ ਕੇ ਬੈਠ ਜਾਣਾ ਵਾ। ਅਤੇ ਹੋ ਗਈ ਅਮਨ ਅਤੇ ਮਹਿਕ ਦੇ ਰੂਮ ਦੀ ਵੀ ਸਫਾਈ। ਅਤੇ ਹੁਣ ਮੈਂ ਬਣਾ ਰਹੀ ਸੀ ਆਲੂ ਵਾਲੇ ਪਰੌਂਠੇ, ਵਿੱਚੋਂ ਝਾੜੂ ਪੋਚਾ ਵੀ ਹੋ ਗਿਆ ਸੀਗਾ। ਕੁਛ ਕੰਮ ਮਹਿਕ ਕਰ ਲੈਂਦੀ ਹੈ ਅਤੇ ਕੁਛ ਮੈਂ, ਤਾਂ ਫਿਰ ਸਾਨੂੰ ਇੰਨਾ ਫਰਕ ਨਹੀਂ ਪੈਂਦਾ ਵਾ, ਫਟਾਫਟ ਕੰਮ ਵੀ ਹੋ ਜਾਂਦਾ ਵਾ। ਹੁਣ ਆਲੂ ਮੈਸ਼ ਕਰ ਰਹੀ ਹਾਂ, ਆਟਾ ਮੈਂ ਗੁੰਨ ਲਿਆ ਸੀਗਾ, ਅਤੇ ਆਲੂ ਦੇ ਵਿੱਚ ਪਾਵਾਂਗੀ ਇੱਕ ਪਿਆਜ਼, ਕਟਿੰਗ ਕਰਕੇ ਧੋ ਕੇ ਚੰਗੀ ਤਰ੍ਹਾਂ ਬਰੀਕ ਬਰੀਕ ਕੱਟ ਕੇ ਪਿਆਜ਼ ਕੱਟ ਲਾਂਗੀ। ਦੋ ਆਲੂ ਮੈਂ ਸਟੈਫੀ ਦੇ ਲਈ ਕੱਢ ਦਿੱਤੇ ਸੀ, ਉਹ ਵੀ ਆਲੂ ਬਹੁਤ ਖੁਸ਼ ਹੋ ਕੇ ਖਾਂਦੀ ਆ।
ਕੁਛ ਮੈਨੂੰ ਮਹਿਕ ਪਿੱਛੋਂ ਦੀ ਕੁਛ ਕਹਿ ਰਹੀ ਸੀ, ਮੈਂ ਉਹਦਾ ਉਹਨੂੰ ਰਿਪਲਾਈ ਕਰ ਰਹੀ ਸੀ। ਤੇ ਹੁਣ ਮੈਂ ਪਾਵਾਂਗੀ ਘਰ ਦੀਆਂ ਹਰੀਆਂ ਮਿਰਚਾਂ। ਘਰ ਦੇ ਬਾਹਰ ਬੂਟੇ ਲਾਏ ਹੋਏ ਨੇ ਹਰੀਆਂ ਮਿਰਚਾਂ ਦੇ, ਤੇ ਮੈਂ ਹਰੀਆਂ ਮਿਰਚਾਂ 3-4 ਕੱਟ ਕੇ ਪਾ ਰਹੀ ਹਾਂ ਇਹਦੇ ਵਿੱਚ। ਤੇ ਹੁਣ ਮੈਂ ਪਾਵਾਂਗੀ ਮਸਾਲੇ, ਨਮਕ, ਮਿਰਚ, ਥੋੜ੍ਹਾ ਜਿਹਾ ਧਨੀਆ ਪਾਊਡਰ, ਵਿੱਚ ਅਜਵੈਣ, ਜੀਰਾ, ਕਸੂਰੀ ਮੇਥੀ, ਅਤੇ ਮੈਂ ਸਾਰੇ ਮਸਾਲੇ, ਥੋੜ੍ਹਾ ਜਿਹਾ ਚਾਟ ਮਸਾਲਾ ਵੀ ਵਿੱਚ ਪਾਇਆ ਸੀ, ਅਤੇ ਥੋੜ੍ਹਾ ਜਿਹਾ ਓਰੀਗੈਨੋ। ਅਤੇ ਚੰਗੀ ਤਰ੍ਹਾਂ ਮੈਂ ਕਰ ਲਵਾਂਗੀ ਮਿਕਸ। ਮੈਨੂੰ ਹੱਥ ਦੇ ਨਾਲ ਮਿਕਸ ਕਰਨਾ ਜ਼ਿਆਦਾ ਪਸੰਦ ਹੈ, ਕਿਉਂਕਿ ਉਹਦੇ ਨਾਲ ਆਲੂ ਚੰਗੀ ਤਰ੍ਹਾਂ ਭੁਰ ਜਾਂਦੇ ਨੇ, ਨਹੀਂ ਤਾਂ ਫਿਰ ਕਈ ਵਾਰ ਰੋਟੀ ਦੇ ਵਿੱਚ ਆਉਂਦੇ ਨੇ ਆਲੂ। ਹੁਣ ਮੈਂ ਲਿੱਤਾ ਪੇੜਾ, ਇੱਕ ਬਹੁਤ ਛੋਟਾ ਜਿਹਾ ਪੇੜਾ ਲੈਂਦੀ ਹਾਂ, ਪਰ ਰੋਟੀ ਉਹਦੀ ਬਹੁਤ ਵੱਡੀ ਬਣ ਜਾਂਦੀ ਆ। ਉਹਨੇ ਮੈਂ ਵੇਲ ਲਿਆ ਵਾ, ਅਤੇ ਹੁਣ ਇਹਦੇ ਵਿੱਚ ਭਰਾਂਗੀ ਆਲੂ। ਮੈਨੂੰ ਬਹੁਤ ਜ਼ਿਆਦਾ ਆਲੂ ਭਰ ਕੇ ਪਰੌਂਠਾ ਚੰਗਾ ਲੱਗਦਾ ਵਾ, ਅਤੇ ਮੇਰੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦਾ ਹੀ ਭਰਿਆ ਹੋਇਆ ਪਰੌਂਠਾ ਖਾਣਾ ਪਸੰਦ ਆ, ਅਤੇ ਇਸ ਤਰ੍ਹਾਂ ਦੇ ਹੀ ਖਾ ਕੇ ਖੁਸ਼ ਹੁੰਦੇ ਨੇ। ਦੇਖ ਰਹੇ ਹੋਗੇ ਕਿ ਮੇਰੇ ਪਰਾਂਠੇ ਦਾ ਸਾਈਜ਼ ਕਿੱਡਾ ਵੱਡਾ ਵਾ, ਪੂਰੇ ਤਵੇ ਤੋਂ ਬਹੁਤ ਥੋੜ੍ਹਾ ਜਿਹਾ ਛੋਟਾ ਵਾ। ਮੈਂ ਬਹੁਤ ਘੱਟ ਪੇੜਾ ਲੈਂਦੀ ਹਾਂ, ਅਤੇ ਉਹਦੇ ਵਿੱਚ ਆਲੂ ਦੀ ਸਟਫਿੰਗ ਬਹੁਤ ਜ਼ਿਆਦਾ ਹੁੰਦੀ ਆ, ਅਤੇ ਇਸ ਕਰਕੇ ਉਹ ਮੇਰੀ ਰੋਟੀ ਹੈ ਜਿਹੜੀ ਆਲੂ ਵਾਲਾ ਪਰਾਂਠਾ ਵਾ ਉਹ ਕਾਫੀ ਵੱਡਾ ਬਣ ਜਾਂਦਾ ਵਾ। ਅਤੇ ਇਸ ਤਰ੍ਹਾਂ ਮੈਂ ਘਿਓ ਲਗਾ ਕੇ ਉੱਪਰ ਨੀਚੇ ਦੋਨੋਂ ਪਾਸੇ ਸੇਕ ਕੇ, ਅਤੇ ਹੁਣ ਮੈਂ ਸਾਰੀਆਂ ਰੋਟੀਆਂ ਬਣਾ ਲਈਆਂ ਸੀਗੀਆਂ, ਪਰਾਂਠੇ ਬਣਾ ਲਏ ਸੀ, ਮੈਂ ਅਤੇ ਗੁੰਨੂ ਖਾ ਰਹੇ ਸੀ। ਗੁੰਨੂ ਕਹਿ ਰਿਹਾ ਸੀ ਕਿ ਮੇਰੀ ਵੀਡੀਓ ਨਹੀਂ ਬਣ ਰਹੀ ਹੈਗੀ, ਅਤੇ ਉਹ ਤਦ ਅੱਗੇ ਹੋ ਹੋ ਕੇ ਆਪਣੀ ਫੇਸ ਦਿਖਾ ਰਿਹਾ ਸੀ। ਗੁੰਨੂ ਬਨੈਣ ਦੇ ਵਿੱਚ ਹੀ ਘੁੰਮਦਾ ਵਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ। ਅਤੇ ਮੈਂ ਰੋਟੀ ਖਾ ਰਹੀ ਹਾਂ, ਹੁਣ ਮਹਿਕ ਸਾਹਮਣੇ ਬੈਠੀ ਆ, ਅਤੇ ਉਹ ਵੀ ਰੋਟੀ ਖਾ ਰਹੀ ਆ। ਚਲੋ ਮਿਲਦੇ ਹਾਂ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ।